ਇਸਤਰੀ ਤੇ ਪੁਰਸ਼ ਵੱਖ-ਵੱਖ ਢੰਗ ਨਾਲ ਸੂਚਨਾ ਦਿੰਦੇ ਹਨ। ਇੱਕ ਇਸਤਰੀ ਰਾਤ ਨੂੰ ਘਰ ਨਹੀਂ ਆਉਂਦੀ। ਸਵੇਰੇ ਪਤੀ ਪੁੱਛਦਾ ਕਿੱਥੇ ਰਹੀ? ਕਿਹਾਂ ਸਹੇਲੀ ਦੇ ਘਰ ਰਹਿ ਗਈ ਸੀ? ਪਤੀ ਨੂੰ ਸ਼ੱਕ ਹੋਇਆ। ਉਹਨੇ ਪਤਨੀ ਦੀਆਂ ਸਾਰੀਆਂ ਸਹੇਲੀਆਂ ਨੂੰ ਫੋਨ ਕੀਤਾ। ਹਰ ਕਿਸੇ ਨੇ ਕਿਹਾ ਮੇਰੇ ਤਾਂ ਆਈ ਨਹੀਂ। ਮੈਨੂੰ ਤਾਂ ਕਦੀ ਮਿਲ ਹੀ ਨਹੀਂ। 6 ਮਹੀਨੇ ਪਹਿਲਾਂ ਇੱਕ ਵਾਰੀ ਦਿਖਾਈ ਦਿੱਤੀ ਸੀ। ਇੱਕ ਪੁਰਸ਼ ਰਾਤ ਨੂੰ ਘਰ ਨਹੀਂ ਆਉਂਦਾ। ਸਵੇਰੇ ਪਤਨੀ ਪੁੱਛਦੀ ਹੈ ਕਿੱਥੇ ਰਿਹਾ? ਪਤੀ ਨੇ ਕਿਹਾ ਦੋਸਤ ਦੇ ਘਰ ਰਹਿ ਪਿਆ ਸੀ। ਪਤਨੀ ਨੂੰ ਸ਼ੱਕ ਹੋਇਆ ਪਤੀ ਦੇ ਸਾਰੇ ਦਸਾਂ ਦੋਸਤਾਂ ਨੂੰ ਫੋਨ ਕੀਤਾ ਸਤ ਨੇ ਕਿਹਾ ਮੇਰੇ ਘਰ ਸੁੱਤਾ ਸੀ ਦੋ ਨੇ ਕਿਹਾ ਅਜੇ ਵੀ ਸੁੱਤਾ ਹੋਇਆ ਹੈ ਇੱਕ ਨੇ ਪੁੱਛਿਆ ਜਗਾਵਾਂ ਧੰਨਵਾਦ